ਜਿਹੜਾ ਆਪਾਂ ਪਾਇਆ ਸੀ ਨਾ ਗੁੜ ਤੇ ਚੀਨੀ ਉਹਦੇ ਉਬਾਲੇ ਪਈ ਜਾ ਰਹੇ ਨੇ ਤੇ ਬੜੀ ਕਮਾਲ ਦੀ ਚੀਜ਼ ਤਿਆਰ ਹੋ ਰਹੀ ਹੈ। ਅਸਲਾਮ ਅਲੈਕੁਮ ਜੀ, ਕੀ ਹਾਲ ਚਾਲ ਜੇ? ਠੀਕ ਠਾਕ ਹੋ? ਤਬੀਤਾ ਸਤਾਵਾਲ ਜੇ? ਤੇ ਤੁਸੀਂ ਪਹਿਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਤੇ ਕਮੈਂਟ ਜ਼ਰੂਰ ਕਰੋ। ਤੇ ਅੱਜ ਮੈਂ ਤੁਹਾਨੂੰ ਬੜੀ ਕਮਾਲ ਦੀ ਚੀਜ਼ ਬਣਾਉਣ ਲੱਗਿਆ, ਉਹ ਤੁਹਾਨੂੰ ਵਿਖਾਉਂਦੇ ਹਾਂ। ਆਓ ਤੁਹਾਨੂੰ ਵਿਖਾਈਏ ਬੜੀ ਕਮਾਲ ਦੀ ਮਜ਼ੇਦਾਰ ਚੀਜ਼ ਬਣਾਉਣ ਲੱਗੇ ਹਾਂ। ਆਓ ਤੁਹਾਨੂੰ ਵਿਖਾਉਂਦੇ ਤੇ ਸਰਦੀਆਂ ਦੀ ਬੜੀ ਅਨਮੋਲ ਤੋਹਫਾ ਜੀ। ਇਹ ਵੇਖੋ ਨਾ ਜੀ, ਇਹ ਛੁਆਰੇ ਜੇ ਤੇ ਹਾਲੇ ਅਸੀਂ ਕੁਆਰੇ ਜੇ ਤੇ ਇਸ ਕਰਕੇ ਜਿਹੜਾ ਨਾ ਇੰਝ ਕਰਕੇ ਜਿਹੜਾ ਆਪਾਂ ਛੁਆਰੇ ਛੁਰੀ ਨਾਲ ਕੱਟ ਲੈ ਜੇ। ਚੈੱਕ ਕਰੋ ਜੀ, ਤੇ ਗੇਟਾਂ ਕੱਢ ਤੇ ਬਾਹਰ ਸੱਟ ਦਿੱਤੀ। ਫਿਰ ਅਗਲੇ ਨੂੰ ਫੜਾ ਜੀ, ਇਹ ਭੱਜ ਗਿਆ ਜੀ। ਅਤੇ ਅਗਰ ਨਵੇਂ ਨੂੰ ਫੜ ਲਿਆ ਜੀ, ਇੱਥੇ ਹੀ ਕੱਟ ਲਿਆ ਜੀ, ਇਹਨੂੰ ਕਰ ਤੇ ਕੱਟ ਲਿਆ ਜੀ, ਫਿਰ ਇਹਨੂੰ ਕੱਟ ਲਿਆ ਜੀ। ਲਓ ਜੀ, ਇਸ ਤਰ੍ਹਾਂ ਜਿਹੜੇ ਨਾ ਸਾਰੇ ਛੁਆਰੇ ਆਪਾਂ ਕੱਟਣੇ ਨੇ। ਲੱਕੜ ਬਲਦੀ ਪਈ ਹੈ, ਉਹਦੇ ਵਿੱਚ ਰੱਖ ਛੱਡਣੇ। ਅਤੇ ਹੁਣ ਤੁਹਾਨੂੰ ਖਾਣ ਖਾਊਂਗਾ। ਲਓ ਜੀ, ਆਹ ਪੈ ਜੇ ਗੋਹੇ। ਅੱਗ ਬਾਲ ਲਈਏ ਜੀ ਪਹਿਲਾਂ। ਮਾਚਸ ਕਿੱਥੇ ਵਾਲਾ? ਮਾਚਸ ਜਿਹੜੀ ਨਾ ਜੀ ਦੱਬੀ ਪਈ ਜੇ। ਲਓ ਜੀ, ਆਪਾਂ ਅੱਗ ਲਾ ਦਿੰਦੇ, ਅੱਗ ਲਾਉਂਦੇ ਪਏ ਜੀ। ਲਓ ਜੀ, ਅੱਗ ਬਲ ਗਈ ਜੀ, ਗੋਹੇ ਹੋਰ ਲਾ ਦੇਣੇ ਇੱਥੇ ਕਰਦੇ। ਅੱਗ ਚੱਲ ਪਈ ਜੀ, ਹੁਣ ਜਿਹੜਾ ਆਪਾਂ ਕੰਮ ਕਰਨ ਲੱਗਿਆ ਨਾ ਤੁਹਾਨੂੰ ਉਹ ਵੀ ਵਿਖਾਉਂਦੇ ਹਾਂ ਜਿਹੜਾ ਆਪਾਂ ਕੰਮ ਕਰਨਾ ਅਗਲਾ। ਲਓ ਜੀ, ਇਹ ਆਟੇ ਦਾ ਕਰੂਰ, ਇਹ ਆਪਾਂ ਹੁਣ ਛਾਣਦੇ ਪਏ ਜੀ। ਇਹ ਜਿਹਨੂੰ ਕਰੂਰ ਨਹੀਂ ਆਉਂਦੇ ਜੀ, ਆਹ ਕਰੂਰ ਜੇ ਚੈੱਕ ਕਰੋ ਜੀ। ਅੱਜ ਆਪਾਂ ਬੜੀ ਕਮਾਲ ਦੀ ਚੀਜ਼ ਬਣਾਉਣ ਲੱਗੇ ਹਾਂ। ਆਹ ਕੜਾਹੀ ਆ ਗਈ ਜੇ, ਇਹਦੇ ਪਿੱਤਲ ਦੀ, ਅਤੇ ਆ ਇਹਦੇ ਡੋਂਗੇ ਦੇ ਵਿੱਚ ਨਾ ਜੀ ਮਿਣ 'ਤੇ ਆਪਾਂ ਪਾਉਂਦੇ ਪਏ ਕੜਾਹੀ ਦੇ ਕਰੂਰ।
लो जी हमने इन आप जी अगली शीट पानी है वो भी हमें खाइए चल लो जी आ गया जी घ्यो उत्ते कढ़ाई रखीज गई जे चूल्हे दे हेठे अग बल गई जे हम दोनों विखाते पे जी आप की बनाने थोड़े वास्ते तुम देखो कि बड़ी कमाल की चीज़ बनाने लगे जी आप सर्दियों वास्ते सर्दियों का मौसम है तो बड़ी कमाल की चीज़ बनन लगी जी लो जी है जो हम ना घ्यो जो फेंदे पे बेच आप गलिया है ना घ्यो दियाँ चेक करो जी ए बनता पे जी थोड़ा जहाँ शहर नहीं बदल देने ये इतने करके